ਅਗਰ ਤੁਸੀਂ 4-5 ਮਿੰਟ ਕੱਢ ਕੇ ਵੀਡੀਓ ਨੂੰ ਪੂਰਾ ਨਹੀਂ ਦੇਖ ਸਕਦੇ ਤੇ ਵੀਡੀਓ ਨੂੰ ਇੱਥੋਂ ਹੀ ਸਕਿਪ ਕਰ ਦਿਓ ਤੇ ਅੱਗੇ ਚੱਲ ਜਿਓ ਕੋਈ ਹੋਰ 10-15 ਸਕਿੰਟ ਦੀ ਰੀਲ ਦੇਖ ਲਓ ਕਿਉਂਕਿ ਮੈਂ ਇਸ ਵੀਡੀਓ ਦੇ ਵਿੱਚ ਜਿਹੜੇ ਤੁਹਾਨੂੰ ਡਾਈਟ ਪਲਾਨ ਦੇਣ ਲੱਗਾ ਨਾ ਉਹ ਡਾਈਟ ਪਲਾਨ ਲੈਣ ਤੋਂ ਪਹਿਲਾਂ ਤੁਹਾਨੂੰ ਉਹਨੂੰ ਯੂਜ਼ ਕਰਨਾ ਆਉਣਾ ਚਾਹੀਦਾ ਇਹ ਸੇਮ ਗੱਲ ਹੁੰਦੀ ਹੈ ਕਿ ਹਥਿਆਰ ਲੈ ਲਿਆ ਬੜ ਚਲਾਉਣਾ ਨਹੀਂ ਆਉਂਦਾ ਸੋ ਜਿਹੜਾ ਡਾਈਟ ਪਲਾਨ ਹੈ ਵੀ ਕਿਸੇ ਹਥਿਆਰ ਦੇ ਨਾਲੋਂ ਘੱਟ ਨਹੀਂ ਹੈਗਾ ਤੁਹਾਨੂੰ ਇਹਨੂੰ ਫਾਲੋ ਕਰਨਾ ਆਉਣਾ ਚਾਹੀਦਾ ਕਿ ਇਹਨੂੰ ਮੈਂ ਫਾਲੋ ਕਰਨਾ ਕਿੱਦਾਂ ਫੈਟ ਲੌਸ ਦੇ ਪਲਾਨ weight loss ਦੇ ਪਲਾਨ ਮਾਰਕੀਟ ਦੇ ਵਿੱਚ ਭਰੇ ਪ ਸਕੀਨੀ ਬੰਦੇ ਉਹ ਹੁੰਦੇ ਨੇ ਜਿਨ੍ਹਾਂ ਦਾ ਸਾਰਾ ਸਰੀਰ ਹੀ ਪਤਲਾ ਹੁੰਦਾ ਢਿੱਡ ਵੀ ਪਤਲਾ ਹੁੰਦਾ ਕਈਆਂ ਦੇ ਤਾਂ ਐਬਸ ਵੀ ਵਿਜੀਬਲ ਹੁੰਦੇ ਨੇ ਤੇ ਸਕੀਨੀ ਫੈਟ ਉਹ ਲੋਕ ਹੁੰਦੇ ਨੇ ਜਿਨ੍ਹਾਂ ਦਾ ਸਾਰਾ ਸਰੀਰ ਪਤਲਾ ਹੁੰਦਾ ਪਰ ਢਿੱਡ ਮੋਟਾ ਹੁੰਦਾ ਇਹ ਪਲਾਨ ਉਹਨਾਂ ਦੇ ਲਈ ਨਹੀਂ ਆ ਨਾ ਹੀ ਇਹ ਕਿਸੇ ਨੇ ਫੈਟ ਲੌਸ ਲਈ ਯੂਜ਼ ਕਰਨਾ ਨਾ ਹੀ ਵੇਟ ਲੌਸ ਲਈ ਯੂਜ਼ ਕਰਨਾ ਇਹ ਸਿਰਫ ਤੇ ਸਿਰਫ ਪਲਾਨ ਹੈਗਾ ਸਕੀਨੀ ਬੰਦਿਆਂ ਦੇ ਲਈ ਜਿਨ੍ਹਾਂ ਨੇ ਵੇਟ ਗੇਨ ਕਰਨਾ ਚਾਹੇ ਉਹ ਮੇਲ ਆ ਚਾਹੇ ਉਹ ਫੀਮੇਲ ਆ ਕੁੜੀਓ ਤੁਸੀਂ ਵੀ ਧਿਆਨ ਨਾਲ ਸੁਣ ਲਓ ਮੁੰਡੇ ਤੁਸੀਂ ਕਮੈਂਟ ਕਰ ਦਿਓ ਸਾਡੇ ਲਈ ਪਲਾਨ ਦਿੱਤਾ ਤੁਹਾਡੇ ਲਈ ਵੀ ਇਹੀ ਪਲਾਨ ਹੈ ਸੋ ਚਲੋ ਫਿਰ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਸਸਿਕਲ ਜੀ ਸਾਰਿਆਂ ਨੂੰ ਮੇਰੇ ਨਾਮ ਅਮਰਿਤਪਾਲ ਸਿੰਘ ਫਾਊਂਡਰ ਐਂਡ ਲਾਈਫ ਸਟਾਈਲ ਕੋਚ ਐਟ ਪੰਜਾਬੀ ਫਿਟਨੈਸ ਤੇ ਦੁਬਾਰਾ ਫੇਰ ਆਜ ਆਪਾਂ ਸਿੱਟਾਂਗੇ ਨੌਲੇਜ ਆਲਾ ਬੰਬ ਹੁਣ ਇਸ ਪਲਾਨ ਨੂੰ ਮੈਂ ਬਣਾ ਕੇ ਤੁਹਾਨੂੰ ਸਿੱਧਾ ਡਾਇਰੈਕਟ ਦੇ ਵੀ ਸਕਦਾ ਸੀ ਕਿ ਆਹ ਪਲਾਨ ਪਿਆ ਨੂੰ ਡਾਊਨਲੋਡ ਕਰ ਲਓ ਤੇ ਫਾਲੋ ਕਰ ਲਿਓ ਬਟ ਨਹੀਂ ਮੈਂ ਪਲਾਨ ਦੇ ਵਿੱਚ ਇੱਕ ਇੱਕ ਮੀਲ ਤੁਹਾਨੂੰ ਦਿਖਾਉਂਗਾ ਤੇ ਇੱਕ ਇੱਕ ਮੀਲ ਤੁਹਾਨੂੰ ਸਮਝਾਉਂਗਾ ਉਹਦੇ ਪਿੱਛੇ ਸਪੈਸੀਫਿਕ ਰੀਜ਼ਨ ਆ ਕਿਉਂਕਿ ਬੱਚੇ ਸਿੱਧਾ ਪਲਾਨ ਡਾਊਨਲੋਡ ਕਰਦੇ ਨੇ ਮੁੜ ਕੇ ਜਾ ਕੇ ਫੋਲੋ ਕਰਨ ਦੀ ਕੋਸ਼ਿਸ਼ ਕਰਦੇ ਰਿਜ਼ਲਟ ਆਉਂਦੇ ਨਹੀਂ ਮੁੜ ਕੇ ਆ ਕੇ ਮੈਨੂੰ ਮੈਸੇਜ ਕਰਦੇ ਨੇ ਇੰਸਟਾਗ੍ਰam ਤੇ ਵੀ ਭਾਜੀ ਮੈਂ ਤਾਂ ਪਲਾਨ ਫੋਲੋ ਕੀਤਾ ਸੀ ਯਾ ਸਰ ਮੈਂ ਪਲਾਨ ਫੋਲੋ ਕੀਤਾ ਸੀ ਰਿਜ਼ਲਟ ਨਹੀਂ ਆਏ ਰਿਜ਼ਲਟ ਕਿੱਦਾਂ ਆ ਜਾਣਗੇ ਜਦੋਂ ਪਤਾ ਹੀ ਨਹੀਂ ਫੋਲੋ ਕਿੱਦਾਂ ਕਰਨਾ ਸੋ ਇਸ ਕਰਕੇ ਮੈਂ ਇੱਕ ਇੱਕ ਮੀਲ ਸਕਰੀਨ ਤੇ ਦਿਖਾਉਂਗਾ ਤਾਂ ਕਿ ਤੁਸੀਂ ਵੀਡੀਓ ਨੂੰ ਚੰਜ ਨਾਲ ਆਰਾਮ ਨਾਲ ਬਹਿ ਕੇ ਪਿੱਛੇ ਕਾਪੀ ਪੈਨ ਲਾ ਕੇ ਨਾਲੇ ਸਮਝੋ ਨਾਲੇ ਲਿਖੋ ਤੇ ਨਾਲੇ ਦੇਖੋ ਸੋ ਆਪਾਂ ਸਟਾਰਟ ਕਰਾਂਗੇ ਮੀਲ ਨੰਬਰ 1 ਤੋਂ ਮੀਲ ਨੰਬਰ 1 ਦੇ ਵਿੱਚ ਮੈਂ ਤੁਹਾਨੂੰ ਦਿੱਤੀ ਹੈ ਸਮੂਦੀ ਸਮੂਦੀ ਦੇ ਇਨਗਰੀਡੀਅੰਟਸ ਹਨ ਲੋ ਸਕਰੀਨ 'ਤੇ ਤੁਸੀਂ ਦੇਖ ਸਕਦੇ ਹੋ ਓਟਸ ਆ 75 ਗ੍ਰਾਮ ਬਨਾਣਾ ਆ ਦੋ ਮੀਡੀਅਮ ਮਿਲਕ ਆ 300 ਐਮਐਲ ਪੀਨਟ ਬਟਰ ਨੈਚੁਰਲ ਆ 30 ਗ੍ਰਾਮ ਸੀਨਮੋਨ ਇੱਕ ਤੋਂ ਦੋ ਚੁੰਡੀ ਤੇ ਨਾਲੋਂ omega 3 ਲੈਣਾ ਜਿਸ ਨੂੰ ਕਿ ਆਪਾਂ fish oil ਦਾ ਨਾਮ ਵੀ ਦਿੰਦੇ ਆ ਸੋ ਇਹਦੇ 'ਚ ਤੁਹਾਡਾ ਕੁਐਸਚਨ ਹੋ ਸਕਦਾ ਕੀ ਮੈਨੂੰ ਓਟਸ ਹੀ ਲੈਣੇ ਪੈਣਗੇ ਦਲੀਆ ਨਹੀਂ ਲੈ ਸਕਦਾ ਬਿਲਕੁਲ ਲੈ ਸਕਦੇ ਹੋ ਤੁਸੀਂ 75 ਗ੍ਰਾਮ ਦਲੀਆ ਯੂਜ਼ ਕਰ ਲਓ ਉਹ ਬਣਾ ਕੇ ਖਾ ਲਓ ਦੁੱਧ ਦੇ ਵਿੱਚ ਤੁਸੀਂ ਸੱਤੂ ਵੀ ਯੂਜ਼ ਕਰ ਸਕਦੇ ਹੋ ਜਿਹੜਾ ਕਿ ਚਨਾ ਪਾਊਡਰ ਜਿਹਨੂੰ ਆਪਾਂ ਕਹਿੰਦੇ ਵੀ ਬੜਾ ਮਸ਼ਹੂਰ ਆ ਬਟ ਮੈਂ ਉਹਨੂੰ ਰეკਮੈਂਡ ਨਹੀਂ ਕਰਦਾ ਕਿਉਂਕਿ ਉਹ ਹਰੇਕ ਨੂੰ ਪਚਣਾ ਨਹੀਂ ਆਵੇਂ ਤੁਹਾਨੂੰ ਲੂਜ਼ ਮੋਸ਼ਨ ਵਗੈਰਾ ਲੱਗ ਜਾਣਗੇ ਜਾਂ ਡਾਈਜੈਸ਼ਨ ਦਾ ਇਸ਼ੂ ਆ ਸਕਦਾ ਤੁਸੀਂ ਥੋੜੇ ਤੋਂ ਉਹਨੂੰ ਐਡ ਕਰਕੇ ਸਟਾਰਟ ਕਰ ਸਕਦੇ ਹੋ ਥੋੜਾ ਕਿਦਾਂ ਐਡ ਕਰਨਾ ਵਾ ਜੇ ਤਾਂ 50 ਗ੍ਰਾਮ Oats ਐਡ ਕਰ ਲੇ ਤੇ 25 ਗ੍ਰਾਮ ਸੱਤੂ ਐਡ ਕਰ ਲਿਆ ਹੁਣ ਇਹ ਮੀਲ ਨੂੰ ਸਮਝਣਾ ਵਾ ਤੁਸੀਂ ਕਿ ਐਕਚੁਅਲ ਦੇ ਵਿੱਚ ਮੀਲ ਚ ਮੈਂ ਇੰਗਰੀਡੀਅੰਟ ਬੋਲਦਾ ਕੀ ਪਿਆ ਵਾ ਸੋ ਪੀਨਟ ਬਟਰ ਨੇਚਰਲ ਜਾਂ ਤਾਂ ਪੀਨਟ ਬਟਰ ਯੂਜ਼ ਕਰ ਲਓ ਜਿਹੜਾ ਕਿ ਅਨਸਵੀਟ ਤੇ ਜੇ ਪੀਨਟ ਬਟਰ ਨਹੀਂ ਯੂਜ਼ ਕਰਨਾ ਤੇ 30 ਗ੍ਰਾਮ ਪੀਨਟਸ ਰੋਸਟ ਕੀਤੀਆਂ ਹੋਈਆਂ ਉਹ ਵਿੱਚ ਪਾ ਲਓ ਮੈਂ ਇੱਥੇ ਪੀਨਟ ਬਟਰ ਲਿਖਿਆ ਹੋਇਆ ਵਾ ਤੁਸੀਂ 30 ਗ੍ਰਾਮ ਯੂਜ਼ ਕਰਨਾ ਵਾ ਅਗਰ ਤੁਸੀਂ ਅਫੋਰਡ ਕਰ ਸਕਦੇ ਹੋ ਤੁਸੀਂ ਇਹ 30 ਗ੍ਰਾਮ ਨੂੰ ਇੱਕ ਨਟਸ ਚ ਕਨਵਰਟ ਕਰ ਸਕਦੇ ਹੋ ਜਿੱਦਾਂ ਕਿ 30 ਗ੍ਰਾਮ ਪੀਨਟ ਬਟਰ ਦੀ ਜਗ੍ਹਾ ਤੇ 30 ਗ੍ਰਾਮ ਦੇ ਵਿੱਚ ਤੁਸੀਂ ਥੋੜੇ ਬਦਾਮ ਐਡ ਕਰ ਲੇ ਥੋੜੇ ਕਾਜੂ ਕਿਸ਼ਮਿਸ਼ ਅਖਰੋਟ ਇਹ ਸਾਰੀਆਂ ਚੀਜ਼ਾਂ ਮਿਲਾ ਕੇ 30 ਗ੍ਰਾਮ ਵੀ ਤੁਸੀਂ ਆਪਣੇ ਸ਼ੇਕ ਦੇ ਵਿੱਚ ਪਾ ਸਕਦੇ ਹੋ ਤੇ ਜੇ ਨਹੀਂ ਪਾ ਸਕਦੇ ਤੇ ਕੋਈ ਚੱਕਰ ਵਾਲੀ ਗੱਲ ਨਹੀਂ ਪੀਨਟ ਬਟਰ ਖਾ ਸਕਦੇ ਹੋ ਤੁਸੀਂ ਜਾਂ ਪੀਨਟਸ ਵੀ ਖਾ ਸਕਦੇ ਹੋ ਤਕਰੀਬਨ ਕਉਕਿ ਆਪਾਂ ਇਹਨੂੰ ਕੈਲਰੀ ਡੈਂਸ ਬਣਾਣਾ ਹੁੰਦਾ ਤੇ ਚ ਪੀਨਟਸ ਵੀ ਆਪਣੀ ਕਾਫੀ ਹੈਲਪ ਕਰ ਦਿੰਦੀ ਹੈ ਮਿਲਕ ਤੁਸੀਂ 300 ml ਹੀ ਲੈਣਾ ਬਨਾਣਾ ਮੈਂ ਲਿਖੇ ਨੇ ਦੋ ਮੀਡੀਅਮ ਸਾਈਜ਼ ਤੁਸੀਂ ਬਨਾਣਾ ਨਹੀਂ ਯੂਜ਼ ਕਰਨਾ ਸੇਵ ਪਾ ਲਓ ਜੇ ਤੁਸੀਂ ਵਿੱਚ ਨਹੀਂ ਬਾਣੇ ਸੈਪਰੇਟ ਖਾ ਲਓ ਸੋ ਕੋਈ ਵੀ ਦੋ ਫਰੂਟ ਤੁਸੀਂ ਇੱਥੇ ਯੂਜ਼ ਕਰ ਸਕਦੇ ਹੋ ਸਿਨਮਨ ਹੁੰਦੀ ਦਾਲਚੀਨੀ ਇੱਕ ਤੋਂ ਦੋ ਚੁੰਡੀਆਂ ਇਹ ਤੁਸੀਂ ਜ਼ਰੂਰ ਐਡ ਕਰਨੀ ਹੈ ਕਿਉਂਕਿ ਤੁਹਾਡਾ ਜਿਹੜਾ ਬਲੱਡ ਸ਼ੂਗਰ ਲੈਵਲ ਹੈ ਉਹਨੂੰ ਸਪਾਈਕ ਨਹੀਂ ਹੋਣ ਦੇਊਗਾ ਉਹਨੂੰ ਮੇਨਟੇਨ ਰੱਖਣ ਦੀ ਤੁਹਾਡੀ ਕੋਸ਼ਿਸ਼ ਕਰੂਗਾ ਨਾ ਲੈ ਗਿਆ ਦਿਓ omega 3 ਇਹਨੂੰ ਆਪਾਂ ਫਿਸ਼ ਆਲ ਦੇ ਨਾਮ ਨਾਲ ਵੀ ਜਾਣਦੇ ਆ omega ਉਹ ਜਿਹੜੇ ਬੰਦੇ ਆਗੇ ਵੈਜੀਟੇਰੀਅਨ ਉਹ ਕਹਣਗੇ ਅਸੀਂ ਤਾਂ ਜੇ ਅਫੀਸ਼ੀਅਲ ਖਾਂਦੇ ਨਹੀਂ ਉਹਨਾਂ ਲਈ ਲਿਖਿਆ ਮੈਂ ਸੌਲਟ ਦੇ ਨਾਮ omega 3 ਤੁਸੀਂ ਵੈਜੀਟੇਰੀਅਨ ਸੋਰਸ ਆਫ omega 3 ਜਿਹੜਾ ਕਿ ਫਲੈਕਸੀਡ ਆਇਲ ਦੇ ਨਾਮ ਨਾਲ ਵੀ ਬਹੁਤ ਮਸ਼ਹੂਰ ਆ ਤੁਸੀਂ ਉਹਨੂੰ ਬਾਏ ਕਰ ਸਕਦੇ ਹੋ ਉਹ ਤੁਸੀਂ ਲੈਣੀ ਹੈ ਇੱਕ ਪਿਲ ਉਹ ਹੁੰਦੀ 1 ਗ੍ਰਾਮ ਦੀ ਡੋਸ ਜ਼ਰੂਰ ਚੈੱਕ ਕਰ ਲੈਣੀ ਆ ਕਈ ਵਾਰੀ ਜਿਹੜਾ ਫਿਸ਼ ਆਲ ਜਾਂ omega 3 ਤੁਹਾਨੂੰ ਮਾਰਕੀਟ ਚ ਮਿਲਦਾ ਉਹ 2 ਗ੍ਰਾਮ ਦਾ ਇੱਕ ਹੁੰਦਾ ਉਹ ਅਗਰ ਉਹ 2 ਗ੍ਰਾਮ ਦਾ ਲਿਖਿਆ ਵਾ ਤਾਂ ਤੁਸੀਂ 1 ਗ੍ਰਾਮ ਦਾ ਲੱਭ ਕੇ ਲੈ ਕੇ ਆਣਾ ਕਿਉਂਕਿ ਤੁਹਾਨੂੰ ਲੋੜ 1 ਗ੍ਰਾਮ ਦੀ ਹੋਈ ਆ ਠੀਕ ਆ ਜੀ ਸੋ ਇਹ ਤੁਹਾਡੀ ਪਹਿਲੀ ਮੀਲ ਹੋਗੀ ਮੀਲ ਨੰਬਰ 1 ਕੈਲਰੀ्स ਹੋਈ ਸਾਹਮਣੇ ਦੇਖ ਸਕਦੇ ਹੋ तकरीबन 800 ਕੈਲਰੀਜ਼ ਨੇ ਮੈਂ ਤੁਹਾਨੂੰ ਹੁਣ ਅੱਗੇ ਜਾ ਕੇ ਇਹ ਵੀ ਦੱਸੂਗਾ ਕਿ ਕੀ ਤੁਸੀਂ ਸਟਾਰਟਿੰਗ ਦੇ ਵਿੱਚ ਇਹਨੂੰ ਐਡ ਕਰ ਲੈਣਾ ਵਾ ਮੀਨਸ ਕਿ ਇੰਨੀ ਕੁਆਂਟੀਟੀ ਖਾਣੀ ਸ਼ੁਰੂ ਕਰ ਦੇਣੀ ਹੈ ਤੁਸੀਂ ਜਾਂ ਤੁਸੀਂ ਇਹਨੂੰ ਕਿੱਦਾਂ ਕਰਕੇ ਵਧਾ ਸਕਦੇ ਹੋ ਇਹ ਸਾਰੀ ਚੀਜ਼ਾਂ ਮੈਂ ਤੁਹਾਡੇ ਨਾਲ ਦੀ ਨਾਲ ਲੱਗੇ ਕਲੀਅਰ ਕਰਦਾ ਰਹੂੰਗਾ ਸੋ ਅੱਗੇ ਵਧਣ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਚੀਜ਼ ਦੱਸਣਾ ਚਾਹੁੰਦਾ ਕਿ ਮੈਂ ਇੱਕ ਵੀਡੀਓ ਬਣਾਈ ਸੀ ਹਾਈਟ ਦੇ ਉੱਤੇ ਉਸ ਵੀਡੀਓ ਤੋਂ ਬਾਅਦ ਵਿੱਚ ਮੈਨੂੰ ਇੰਨੇ ਕੁ ਜ਼ਿਆਦਾ ਲੋਕਾਂ ਦੇ ਮੈਸੇਜ ਆਏ ਸਪੈਸ਼ਲੀ ਬੱਚਿਆਂ ਦੇ 14 15 16 ਕੀ ਉਹ ਐਕਚੁਅਲ ਚ ਗਾਈਡੈਂਸ ਭਾਲਦੇ ਨੇ ਕਿ ਯਾਰ ਸਾਨੂੰ ਕੋਈ ਦੱਸੇ ਕਿ ਅਸੀਂ ਆਪਣਾ ਡਾਈਟ ਪਲਾਨ ਜਾਂ ਖਾਣ ਪੀਣ ਕਿਦਾਂ ਸਹੀ ਕਰੀਏ ਸਾਡੀ ਹਾਈਟ ਗਰੋਥ ਹੋਵੇ ਸਾਡੇ ਸਰੀਰ ਦੀ ਵੀ ਗਰੋਥ ਹੋਵੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੂੰਗਾ ਕਿ ਯੰਗ ਵਾਰੀਅਰ ਪ੍ਰੋਗਰਾਮ ਅੰਡਰ 17 ইয়ারਜ਼ 올ਡਲੀ ਆਪਾਂ ਲਾਂਚ ਕਰਤਾ ਹੋਇਆ ਵਾ ਇਹਦੇ ਵਿੱਚ 17 ਸਾਲ ਤੋਂ ਜਿਹੜੇ نیچے ਬੱਚੇ ਨੇ ਨਾ ਉਹ ਹੀ ਇਨਰੋਲ ਕਰ ਸਕਦੇ ਨੇ ਉਹਨਾਂ ਨੂੰ ਅਸੀਂ ਪ੍ਰੋਪਰ 6 ਮੰਥਸ ਦਾ ਪ੍ਰੋਗਰਾਮ ਹੋਣਾ ਜੀ ਇਹ ਉਹਦੇ ਵਿੱਚ ਪ੍ਰੋਪਰ ਉਹਨਾਂ ਨੂੰ ਆਪਾਂ ਖਾਣ ਪੀਣ ਉਹਨਾਂ ਦੀ ਐਕਸਾਈ ਪੈਟਰਨ एवरीथिंग ਉਹਨਾਂ ਜਿਹੜਾ ਲਾਈਫ ਸਟਾਈਲ ਸ케ਚੂਲ ਕਰਨ ਚ ਉਹਨਾਂ ਦੀ ਹੈਲਪ ਕਰਾਂਗੇ ਤੇ ਇਹਦੀ ਪ੍ਰੋਪਰ ਜਾਣਕਾਰੀ ਦੇ ਲਈ ਤੁਸੀਂ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰ ਸਕਦੇ ਹੋ ਨਹੀਂ ਤਾਂ ਤੁਸੀਂ ਮੈਨੂੰ ਮੇਲ ਕਰ ਸਕਦੇ ਹੋ getfit@punjabifitness.com ਦੇ ਉੱਤੇ ਸਾਰੀ ਇਨਫੋਰਮੇਸ਼ਨ ਤੁਹਾਨੂੰ ਉੱਥੇ ਸ਼ੇਅਰ ਕੀਤੀ ਜਾਊਗੀ ਉਸ ਇਨਫੋਰਮੇਸ਼ਨ ਨੂੰ ਰੀਡ ਕਰ ਲਿਓ ਸਮਝ ਲਿਓ ਤੇ ਇਨਰੋਲ ਕਰ ਲਿਓ ਹੁਣ ਵਾਰੀ ਆndi ਮੇਲ ਨੰਬਰ 2 ਦੀ ਮੀਲ ਨੰਬਰ 2 ਤੁਸੀਂ ਧਿਆਨ ਨਾਲ ਦੇਖੋ ਸਿੰਪਲ ਘਰ ਦੀ ਦਾਲ ਰੋਟੀ ਵਾਲੀ ਮੀਲ ਆ ਕੋਈ ਵੀ ਦਾਲ ਸਬਜ਼ੀ ਹੋ ਜਾਏ ਛੋਲੇ ਹੋ ਜਾਣ ਰਾਜਮਾ ਹੋ ਜਾਣ ਚਿੱਟੇ ਕਾਲੇ ਛੋਲੇ ਵਗੈਰਾ ਤੇ ਸੋਇਆਬੀਨ ਬਣਾ ਸਕਦੇ ਰੋਂਗੀ ਬਣਾ ਸਕਦੇ ਹੋ ਇਹ ਚੀਜ਼ਾਂ ਬਣਾ ਕੇ ਕੋਈ ਵੀ ਤੇ ਮੀਡੀਅਮ ਬਾਉਲ ਲੈ ਲੈਣਾ ਵਾ ਜਾਂ ਤਾਂ ਰਾਈਸ ਲੈ ਲੈਣੇ ਤਿੰਨ ਰੋਟੀਆਂ ਦੇ ਤੇ ਜਾਂ 250 ਗ੍ਰਾਮ ਕੁਕ ਕੀਤੇ ਹੋਏ ਸੌਰੀ ਜਾਂ ਤਾਂ ਰੋਟੀ ਲੈ ਲੈਣੀ ਹੈ ਤਿੰਨ ਮੀਡੀਅਮ ਸਾਈਜ਼ ਤੇ ਜਾਂ 250 ਤੋਂ 300 ਗ੍ਰਾਮ ਰਾਈਸ ਲੈ ਸਕਦੇ ਹੋ ਤੁਸੀਂ ਦੇਸੀ ਘਿਓ ਇੱਕ ਚਮਚਾ ਪਾ ਲੈਣਾ ਜਾਂ ਤਾਂ ਤੁਸੀਂ ਢੜਗੇ ਚ ਪਾ ਲਓ ਤੇ ਜਾਂ ਦਾਲ ਚ ਪਾ ਲਓ ਨਾਲ 300 ਗ੍ਰਾਮ ਦਹੀਂ ਹੋ ਗਿਆ ਤੇ ਦੇਸੀ ਕੀ ਮੈਂ ਚ ਮੈਂ ਦੋ ਵਾਰੀ ਲਿਖਤਾ ਕੋਈ ਗੱਲ ਨਹੀਂ ਦੂਜੀ ਦਿਖਾ ਦੇ ਉੱਤੇ ਤੁਸੀਂ ਸੈਲਡ ਐਡ ਕਰ ਲੈਣਾ ਇਹ ਚ ਮੈਂ ਸੈਲਡ ਲਿਖਣਾ ਸੀ ਐਕਚੁਅਲ ਦੇਸੀ ਕੀ ਉਹ ਲਿਖੋਗੇ ਗਲਤੀ ਨਾਲ ਸੋ ਇਹ ਚ ਚਾਰ ਇਨਗਰੀਡੀਅੰਟ ਨੇ ਇੱਕ ਸੈਲਡ ਆ ਦੇਖਿਆ ਇਹੀ ਚੀਜ਼ ਹੁੰਦੀ ਆ ਧਿਆਨ ਨਾਲ ਪਲਾਨ ਨੂੰ ਪ੍ਰੋਪਰਲੀ ਸਮਝਣ ਦੀ ਕਿ ਦਾਲ ਰੋਟੀ ਦੇਸੀ ਕੀ ਦਹੀਂ ਤੇ ਸਲਾਦ ਨਾਲ ਠੀਕ ਆ ਦਵਾਰਾ ਦੇਸੀ ਘੋਣ ਵਿੱਚ ਪਾ ਲਿਓ ਤੇ ਇਹਦੇ ਤੁਸੀਂ ਚੌਲ ਖਾਣੇ ਚੌਲ ਖਾ ਲਓ ਰੋਟੀ ਖਾਣੀ ਰੋਟੀ ਖਾ ਲਓ ਤੇ ਇਹਦੇ ਜਿਹੜੇ ਮੈਕਰੋਸ ਮੈਂ ਨਾਲ ਲਿਖੇ ਹੋਏ ਨੇ ਤਕਰੀਬਨ 750 ਕੈਲਰੀਜ਼ ਨੇ ਇਹਦੇ ਵਿੱਚ ਹੁਣ ਵਾਰੀ ਆਂਦੀ ਮੀਲ ਨੰਬਰ 3 ਦੀ ਜਿਹੜੀ ਮੀਲ ਨੰਬਰ 3 ਹੈ ਨਾ ਉਹ ਐਗਜ਼ੈਕਟਲੀ ਜਿਹੜੀ ਮੀਲ ਨੰਬਰ 1 ਸੀ ਨਾ ਸਾਡੀ ਉਹੋ ਹੀ ਆ ਐਗਜ਼ੈਕਟਲੀ ਸੇਮ ਆ ਠੀਕ ਆ ਤੁਸੀਂ ਜ਼ਰੂਰੀ ਨਹੀਂ ਮੈਂ ਜਿੱਦਾਂ ਪਹਿਲਾਂ ਦੱਸਿਆ ਸੀ ਕਿ ਓਟਸ ਹੀ ਖਾਣੇ ਆ ਤੁਸੀਂ ਉੱਥੇ 75 ਗ੍ਰਾਮ ਦਲੀਆ ਵੀ ਖਾ ਸਕਦੇ ਹੋ ਤੁਸੀਂ ਉੱਥੇ 75 ਗ੍ਰਾਮ ਸੱਤੂ ਵੀ ਖਾ ਸਕਦੇ ਹੋ ਤੁਸੀਂ ਇੱਕ ਮੀਲ 'ਚ ਦਲੀਆ ਖਾ ਸਕਦੇ ਹੋ ਇੱਕ ਮੀਲ 'ਚ ਓਟਸ ਖਾ ਸਕਦੇ ਹੋ ਇੱਕ 'ਚ ਸੱਤੂ ਖਾ ਸਕਦੇ ਹੋ ਇੱਕ 'ਚ ਓਟਸ ਖਾ ਸਕਦੇ ਹੋ ਜਾਂ ਆਪਣਾ ਦਲੀਆ ਖਾ ਸਕਦੇ ਹੋ ਮਰਜ਼ੀ ਤੁਹਾਡੀ ਚੱਲਣੀ ਆ ਮੈਂ ਤੁਹਾਨੂੰ ਇਨਗਰੀਡੀਅੰਟ ਦੱਸਦੇ ਨੇ ਤੁਸੀਂ ਉਹਨੂੰ ਉਸ ਹਿਸਾਬ ਨਾਲ ਆਪਣੇ ਹਿਸਾਬ ਨਾਲ ਘਰ ਦੇ ਹਿਸਾਬ ਨਾਲ ਬਣਾ ਕੇ ਅਗਰ ਓਟਸ ਮ ਮੀਲ ਨੰਬਰ 4 ਹੁਣ ਇਹ ਪਲਾਨ ਬਣਾਉਂਦਾ ਜਿਹੜਾ ਮੇਰਾ ਮੈਨ ਮਕਸਦ ਵੀ ਆ ਉਹ ਇਹੀ ਆ ਕਿ ਪਲਾਨ ਕਿੰਨਾ ਸੌਖਾ ਹੁੰਦਾ ਮੈਂ ਤੁਹਾਨੂੰ ਇਹ ਚੀਜ਼ ਦੱਸਣੀ ਚਾਹੁੰਦਾ ਸੋ ਸੌਖੇ ਦਾ ਮਤਲਬ ਇਹ ਆ ਕਿ ਜਿਹੜੀ ਮੀਲ ਤੁਸੀਂ ਦੁਪਹਿਰੇ ਖਾਧੀ ਸੀ ਨਾ ਮੀਲ ਨੰਬਰ 2 ਚ ਉਹੀ ਮੀਲ ਦੁਬਾਰਾ ਰਿਪੀਟ ਹੋਣੀ ਆ ਸੇਮ ਦਾਲ ਸੇਮ ਰੋਟੀ ਬਸ ਦਹੀਂ ਦੀ ਜਗ੍ਹਾ ਦੇ ਉੱਤੇ ਜਾਂ ਤਾਂ ਤੁਸੀਂ ਚਾਰ ਖਾ ਲੈਣੇ ਨੇ ਆਂਡੇ ਹੋ ਲੈਗ ਬੋਇਲ ਕੀਤੇ ਹੋਏ ਆਮਲੇਟ ਵੀ ਬਣਾ ਸਕਦੇ ਹੋ ਤੇ ਜਾਂ 100 ਗ੍ਰਾਮ ਪਨੀਰ ਮਤਲਬ ਕਿ ਵੈਜੀਟੇਰੀਅਨ ਵਾਲਿਆਂ ਨੇ ਪਨੀਰ ਚੱਕ ਲੈਣਾ ਤੇ ਨਾਨ-ਵੈਜ ਵਾਲਿਆਂ ਨੇ ਅੰਡੇ ਚੱਕ ਲੈਣੇ ਨੇ ਦੇਸੀ ਘੋ ਫੇਰ ਦੁਆਰਾ ਦਿੱਤਾ ਹੋਇਆ ਇੱਥੇ ਇੱਕ ਚਮਚਾ ਜਾਂ ਤਾਂ ਆਮਲੇਟ ਚ ਯੂਜ਼ ਕਰ ਲਓ ਤੇ ਜਾਂ ਦਾਲ ਦੇ ਵਿੱਚ ਪਾ ਲਓ ਦੇਸੀ ਘੋ ਆਪਾਂ ਜ਼ਰੂਰ ਖਾਣਾ ਹੀ ਖਾਣਾ ਸਾਨੂੰ ਇਹ ਚੀਜ਼ ਪਾਵਰ ਮਿਲਦੀ ਹੈ ਤੋਂ ਅਗੇਨ ਇੱਥੇ ਆਪਾਂ ਯੂਜ਼ ਕਰਾਂਗੇ omega 3 1 ਗ੍ਰਾਮ ਸੋ 1 ਗ੍ਰਾਮ ਖਾਧੀ ਸੀ ਸਵੇਰੇ ਮੀਲ ਨੰਬਰ 1 ਵਿੱਚ ਤੇ ਦੂਜੀ 1 ਗ੍ਰਾਮ ਖਾਧੀ ਤੁਸੀਂ ਮੀਲ ਨੰਬਰ 4 ਦੇ ਵਿੱਚ ਟੋਟਲ omega 3 ਹੋਗੀ 2 ਗ੍ਰਾਮ ਇਹਦੀਆਂ ਵੀ ਕੈਲਰੀ ਤੁਸੀਂ ਦੇਖ ਸਕਦੇ ਹੋ 772 ਲਿਖਿਆ ਹੈ ਮੈਂ ਤਕਰੀਬਨ 800 ਮੰਨ ਕੇ ਚੱਲਾਂਗੇ ਆਪਾਂ ਸੋ ਇਹ ਤੁਹਾਡਾ ਟੋਟਲ ਜਿਹੜਾ ਕੈਲਰੀ ਪਲਾਨ ਹੈ ਤਕਰੀਬਨ ਤਕਰੀਬਨ 3000 ਕੈਲਰੀ ਦਾ ਤੁਹਾਡਾ ਪਲਾਨ ਬਣਦਾ ਵਾ ਇਹ ਤੇ ਇਹ ਤੁਹਾਨੂੰ weight gain ਦੇ ਵਿੱਚ ਕਾਫੀ ਜ਼ਿਆਦਾ ਹੈਲਪ ਕਰੂਗਾ ਹੁਣ ਕੱਲੇ ਪਲਾਨ ਦੇ ਨਾਲ ਤੁਹਾਡਾ weight gain ਨਹੀਂ ਹੋਣਾ ਪਲਾਨ ਦੇ ਨਾਲ ਨਾਲ ਦੋ ਚੀਜ਼ਾਂ ਹੋਰ ਵੀ ਨੇ ਜਿਹੜੀਆਂ ਤੁਹਾਨੂੰ ਨਾਲ-ਨਾਲ ਯਾਦ ਰੱਖਣੀਆਂ ਪੈਣੀਆਂ ਨੇ ਕਰਨੀਆਂ ਪੈਣੀਆਂ ਨੇ ਤਾਂ ਹੀ ਤੁਹਾਡਾ ਵਧੀਆ weight gain ਹੋਣਾ ਨੇ ਤਾਂ ਢਿੱਡ ਪੈਣਾ ਤੇ ਜਾਂ ਉਹ ਰਿਜ਼ਲਟਸ ਨਹੀਂ ਆਣੇ ਜਿਹੜੇ ਤੁਸੀਂ ਸੋਚਦੇ ਪਏ ਹੋ ਉਹਦੇ ਵਿੱਚ ਕੀ ਹੈ ਕਿ ਪਹਿਲਾਂ ਮੈਂ ਤੁਹਾਨੂੰ ਹੁਣ ਮੀਲਾਂ ਸਮਝਾ ਦਵਾਂ ਕਿ ਤੁਸੀਂ ਸਟਾਰਟਿੰਗ ਦੇ ਵਿੱਚ ਕਿੱਦਾਂ ਸ਼ੁਰੂ ਕਰ ਸਕਦੇ ਹੋ ਮੰਨ ਕੇ ਚੱਲੋ ਤੁਸੀਂ ਹਜੇ ਦਿਹਾੜੀ ਦੇ ਵਿੱਚ ਸਿਰਫ ਦੋ ਟਾਈਮ ਜਾਂ ਤਿੰਨ ਟਾਈਮ ਰੋਟੀ ਖਾਂਦੇ ਸੀ ਤੁਸੀਂ ਕਦੀ ਪ੍ਰੋਪਰ ਇਦਾਂ ਪਲਾਨ ਚੱਕ ਕੇ ਫੋਲੋ ਨਹੀਂ ਕੀਤਾ ਤੁਸੀਂ ਕੀ ਕਰਨਾ ਸਟਾਰਟਿੰਗ ਦੇ ਵਿੱਚ ਇਦਾਂ ਮੇਨ ਨੰਬਰ 1 'ਚ ਮੈਂ 75 ਗ੍ਰਾਮ ਓਟਸ ਲਿਖਿਆ ਹੈ ਨਾ ਤੁਸੀਂ 25 ਗ੍ਰਾਮ ਤੋਂ ਸ਼ੁਰੂ ਕਰਨਾ 25 ਗ੍ਰਾਮ ਓਟਸ ਪਾ ਲੈਣੇ ਨੇ ਤਿੰਨ ਦੋ ਦੋ ਬਨਾਣਾਂ ਦੀ ਜਗ੍ਹਾ ਤੇ ਇੱਕ ਬਨਾਣਾ ਪਾ ਲੈਣਾ ਵਾ 300 ਐਮਐਲ ਦਹੀਂ ਦੁੱਧ ਦੀ ਜਗ੍ਹਾ ਦੇ ਉੱਤੇ ਤੁਸੀਂ 200 ਐਮਐਲ ਜਾਂ 150 ਐਮਐਲ ਦੇ ਦੁੱਧ ਪਾ ਲੈਣਾ ਵਾ 200 ਐਮਐਲ ਤੋਂ ਸਟਾਰਟ ਕਰ ਲਿਓ ਪੀਨਟ ਬਟਰ ਜਿਹੜਾ ਤੁਸੀਂ 30 ਗ੍ਰਾਮ ਦੀ ਜਗ੍ਹਾ ਦੇ ਉੱਤੇ 15 ਗ੍ਰਾਮ ਪਾ ਸਕਦੇ ਹੋ। ਸੋ ਕਹਿਣ ਦਾ ਮਤਲਬ ਕਿ ਪਹਿਲਾਂ ਤੁਸੀਂ 1 ਮਹੀਨਾ ਡਾਈਟ ਨੂੰ ਘਟਾ ਕੇ ਲਿਖ ਲੈਣਾ ਕਿ ਮੈਂ 1 ਮਹੀਨਾ ਫੋਲੋ ਕਰੂੰਗਾ। ਉਸ ਤੋਂ ਬਾਅਦ ਵਿੱਚ ਤੁਸੀਂ ਉਹਦੇ ਵਿੱਚ ਹੌਲੀ-ਹੌਲੀ ਚੀਜ਼ਾਂ ਐਡ ਕਰ ਸਕਦੇ ਹੋ। ਜਦ ਮੰਨ ਲਓ ਪਹਿਲੇ ਮਹੀਨੇ ਤੁਸੀਂ ਓਟਸ ਖਾਦੇ ਸੀ 25 ਤੇ ਬਨਾਣਾ ਖਾਦਾ ਸੀ ਇੱਕ। ਦੂਜੇ ਮਹੀਨੇ ਤੁਸੀਂ ਓਟਸ ਕਰਤੇ 50 ਜਾਂ ਓਟਸ ਵਿੱਚ 75 ਕਰਤੇ ਤੇ ਬਨਾਣਾ ਕਰ ਲਏ ਦੋ। ਸੋ ਇਦਾਂ ਤੁਸੀਂ ਚੀਜ਼ ਨੂੰ ਵਧਾ ਸਕਦੇ ਹੋ। ਪਹਿਲਾਂ ਥੋੜੇ ਤੋਂ ਸ਼ੁਰੂ ਕਰ ਲਿਓ ਫਿਰ ਉਹਨੂੰ ਹੌਲੀ-ਹੌਲੀ ਕਰਕੇ ਵਧਾ ਸਕਦੇ ਹੋ। ਸੇਮ ਚੀਜ਼ ਕੁੜੀਆਂ। ਪਹਿਲਾਂ ਉਹ ਪਰ ਉਹ ਕਰਨਗੀਆਂ ਥੋੜੇ ਤੋਂ ਸ਼ੁਰੂ ਥੋੜਾ ਸ਼ੁਰੂ ਕਰਕੇ ਪਹਿਲਾਂ ਉਹਨੂੰ ਫਾਲੋ ਕਰਨਗੇ 1 ਮਹੀਨਾ ਫਿਰ ਉਹ ਚ ਹੋਰ ਫੂਡ ਐਡ ਕਰ ਲੈਣਗੇ ਜਿਦਾ ਦੱਸਿਆ ਹੋਇਆ 1 ਮਹੀਨਾ ਫਿਰ ਅੱਗੇ ਵੀ ਨਾ ਫਿਰ ਅਗਲਾ ਮਹੀਨਾ ਇਦਾਂ ਹੀ ਐਡ ਕਰਦੇ ਰਹੋਗੇ ਮੰਨ ਕੇ ਚੱਲੋ ਇੱਕ ਸਮਾਂ ਆ ਗਿਆ ਕਿ ਤੁਹਾਡਾ 4 ਮਹੀਨਿਆਂ ਦੇ ਨਾਲ ਕੁਝ ਬਣਦਾ ਹੀ ਨਹੀਂ ਪਿਆ ਤੇ ਉੱਥੇ ਤੁਸੀਂ ਕੀ ਕਰਨਾ ਮੈਂ ਇੱਕ ਮੀਲ ਹੋਰ ਐਡ ਕਰ ਲੈਣੀ ਆ ਕਿਹੜੀ ਸਮੂਦੀ ਵਾਲੀ ਐਡ ਕਰ ਸਕਦੇ ਹੋ ਜਾਂ ਇੱਕ ਦਾਲ ਰੋਟੀ ਵਾਲੀ ਮੀਲ ਹੋਰ ਐਡ ਕਰ ਸਕਦੇ ਹੋ ਸੋ ਮੈਂ ਇਹਨੂੰ ਪਲਾਨ ਨੂੰ ਇੰਨਾ ਕਿ ਸਿੰਪਲ ਬਣਾਇਆ ਵਾਂ ਤੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਪਲਾਨ ਐਕਚੁਅਲ ਚ ਹੁੰਦਾ ਸਿੰਪਲ ਹੀ ਆ ਸਾਨੂੰ ਉਹਨੂੰ ਕੰਸਿਸਟੈਂਸੀ ਨਾਲ ਫਾਲੋ ਕਰਨਾ ਪੈਂਦਾ 2 ਮਹੀਨੇ 3 ਮਹੀਨੇ 6 ਮਹੀਨੇ ਸਾਲ ਡੇਢ ਸਾਲ 2 ਸਾਲ ਤਾਂ ਜਾ ਕੇ ਤੁਹਾਡੇ ਰਿਜ਼ਲਟਸ ਵਿਜੀਬਲ ਹੁੰਦੇ ਨੇ ਬਹੁਤ ਵਧੀਆ ਵਾਲੇ ਜਿਨ੍ਹਾਂ ਨੂੰ ਆਪਾਂ ਕਹਿੰਨੇ ਆ ਕਿ ਰਿਜ਼ਲਟਸ ਆਏ ਨੇ ਤੇ ਪਤਾ ਵੀ ਲੱਗਿਆ ਹੁਣ ਇਹ ਤਾਂ ਹੋ ਗਿਆ ਤੁਹਾਡਾ ਡਾਈਟ ਪਲਾਨ ਹੁਣ ਇਹਦੇ ਨਾਲ ਤੁਸੀਂ ਵਰਕਆਊਟ ਜ਼ਰੂਰ ਪਰਫਾਰਮ ਕਰਨਾ ਮੈਂ ਕਹਾਂ ਤੁਸੀਂ ਵਰਕਆਊਟ ਪਰਫਾਰਮ ਨਹੀਂ ਕਰੋਗੇ ਤੇ ਰਿਜ਼ਲਟਸ ਚੱਜਦੇ ਨਹੀਂ ਹੋਣੇ ਉਹ ਚ ਡਾਈਟ ਪਲਾਨ ਦਾ ਕੋਈ ਕਸੂਰ ਨਹੀਂ ਉਹ ਚ ਕਸੂਰ ਤੁਹਾਡਾ ਹੋਣਾ ਕਿਉਂਕਿ ਤੁਸੀਂ ਚੱਜ ਨਾਲ ਚੀਜ਼ ਫਾਲੋ ਨਹੀਂ ਕੀਤੀ ਸੋ ਜਿਹੜਾ ਵਰਕਆਊਟ ਆ ਤੁਸੀਂ ਮੇਰੇ ਇੰਸਟਾਗ੍ਰam ਤੇ ਜਾ ਕੇ ਦੇਖ ਸਕਦੇ ਹੋ ਮੈਂ ਫ੍ਰ ਤੇ ਉਹ ਤੁਸੀਂ ਉਹ ਚੋਂ ਵਰਕਆਊਟ ਮੈਂ ਦੋ ਤਿੰਨ ਤਰ੍ਹਾਂ ਦੇ ਉਹ ਚ ਦਿੱਤੇ ਹੋਏ ਨੇ ਤੁਸੀਂ ਜਿਹੜਾ ਮਰਜ਼ੀ ਵਰਕਆਊਟ ਚੱਕ ਲਓ ਤੇ ਫੋਲੋ ਕਰ ਲਿਓ ਤੁਹਾਨੂੰ ਉਹਦੇ ਚ ਰਿਜ਼ਲਟ ਆਣੇ ਸ਼ੁਰੂ ਹੋ ਜਾਣਗੇ ਬਾਕੀ ਅੱਗੇ ਜਾ ਕੇ ਮੈਂ ਤੁਹਾਡੇ ਲਈ ਇੱਕ ਸਪੈਸੀਫਿਕ ਵਰਕਆਊਟ ਪਲਾਨ ਵੀ ਉਹਦੇ ਵਿੱਚ ਜ਼ਰੂਰ ਸ਼ੇਅਰ ਕਰੂੰਗਾ ਬਹੁਤ ਜਲਦੀ ਤੇ ਤੁਸੀਂ ਉਸ ਨੂੰ ਵੀ ਫੋਲੋ ਕਰ ਸਕਦੇ ਹੋ ਪਰ ਫੋਰ ਦਾ ਸਟਾਰਟਿੰਗ ਦੇ ਵਿੱਚ ਤੁਸੀਂ ਉਹੀ ਪਲਾਨ ਚੱਕੋ ਜਿਹੜਾ ਉਹ ਚ ਪਿਆ ਵਾ ਉਹਨੂੰ ਫੋਲੋ ਕਰਨਾ ਸ਼ੁਰੂ ਕਰੋ ਤੇ ਨਾਲ ਆ ਡਾਈਟ ਖਾਣੀ ਸ਼ੁਰੂ ਕਰੋ ਤੁਹਾਨੂੰ ਰਿਜ਼ਲਟਸ ਆਉਣੇ ਸ਼ੁਰੂ ਹੋ ਜਾਣਗੇ ਸੋ ਇਹ ਸੀਗੀ ਅੱਜ ਦੀ ਵੀਡੀਓ ਸਕਿਨੀ ਦੇ ਉੱਤੇ ਉਹ ਚਾਹੇ ਮੇਲ ਆ ਚਾਹੇ ਫੀਮੇਲ ਆ ਉਹ ਆਪਣਾ weight gain ਲਿਖ ਲਿਓ ਤੇ ਸਮਝ ਲਿਓ ਤਾਂ ਰਿਜ਼ਲਟਸ ਤੁਹਾਨੂੰ ਜਿਆਦਾ ਵਧੀਆ ਆਣਗੇ ਹੁਣ ਮਿਲਾਂਗੇ ਤੁਹਾਨੂੰ ਆਪਾਂ ਅਗਲੀ ਵੀਡੀਓ ਦੇ ਵਿੱਚ ਵੈਗਰੂ ਮੇਰ ਕਰਕੇ